ਇੱਧਰ ਸਵੇਰੇ ਸਵੇਰੇ ਗੁਰਦੁਆਰੇ ਦੁੱਧ ਪੀਣ ਡਿਆ ਤੇ ਸਵੇਰ ਦੀ ਮਾਰਨਿੰਗ ਹੋ ਗਈ ਤੇ ਆ ਦੋਵੇਂ ਮਾਂ ਪੁੱਤ ਅੱਜ ਪਤਾ ਨੀ ਕਿੱਦਾਂ ਇੱਧਰ ਨੂੰ ਆਏ ਸਵੇਰੇ ਸਵੇਰ ਆਏ ਕੀ ਕਰਨਾ ਇਹ ਅਸੀਂ ਸੁੱਤੇ ਆ ਉਦੋਂ ਹੋ ਗਏ ਚਲ ਗਏ ਕਿਤੇ ਹਰੇ ਹੁਣ ਦੁੱਧ ਛੱਡਦਾ ਮੈਂ ਵੇਖ ਕੇ ਵੀ ਇਹ ਆ ਗਏ ਆ ਤੇ ਹੁਣ ਮੈਂ ਖੇਡਾਂ ਘੜੀ ਵਧੀਆ ਠੀਕ ਠਾਕ ਮੈਂ ਚੰਗਾ ਸਗੋਂ ਗਰਮੀ ਵਾਲੇ ਦਿਨ ਹੀ ਮਜ਼ਾ ਆਉਂਦਾ ਕਾਬੂ ਆਉਂਦਿਆ ਵਾਕਰ ਚੋਵੇ ਯਾਰ ਮਾਂ ਯਾਦ ਹੋਇਆ ਉਹਨੂੰ ਵਾਕਰ ਚਲਾਉਣਾ ਬਹੁਤ ਪਸੰਦ ਕਰਦਾ ਜਦੋਂ ਤੁਸੀਂ ਬਾਹਰ ਬੁਲਟ ਜਾ ਕੇ ਚਲਾਉਣਾ ਪਸੰਦ ਕਰਦੇ ਓਦਾਂ ਵਾਕਰ ਚਲਾਉਣਾ ਮਾਂ ਵਿਚਾਰ ਯਾਦ ਹੋਣ ਲੱਗਾ ਸੀ ਧਿਆਨ ਉਹਦਾ ਉੱਥੇ ਹੀ ਆ ਫਿਰ ਵੀ ਹੁਣ ਇੱਥੇ ਧਿਆਨ ਵਾਕਰ ਚ ਮੈਂ ਤੁਹਾਨੂੰ ਕਿਹਾ ਕੱਢੇ ਚਲਾ ਪੁੱਤ ਤੂੰ ਫਰੂਟ ਲੈ ਮਾਟੇ ਕਰ ਅਨਮੋਲ ਇਹਦਾ ਧਿਆਨ ਰੱਖੀ ਬਹੂ ਗੁਰਨਵਾਜ ਕੀ ਗੱਲ ਗੁਰਨਵਾਜ ਨੇ ਇੱਕ ਘੰਟਾ ਨੀਂਦ ਪੂਰੀ ਕਰਨੀ ਹੁੰਦੀ ਮੈਨੂੰ ਫਿਰ ਉੱਠ ਪੈਣਾ ਹੁੰਦਾ ਹਨਾ ਬਹੁਤ ਖਰਾਬ ਬੱਚਾ ਸਾਡਾ ਏ ਇਹ ਬੜਾ ਹੀ ਖਰਾਬ ਬੱਚਾ ਛੋਣਾ ਛੋਣਾ ਬਿੱਤੇ ਬਾਬੇ ਘਰ ਗਏ ਹਨਾ ਕੱਲ ਆਪਾਂ ਹਨਾ ਗਏ ਸੀ ਨਾ ਅੱਜ ਵੀ ਮਾਮੀ ਨੇ ਆਉਣਾ ਸੀ ਤੇ ਪਰ ਆਏ ਨੀ ਧੋਖਾ ਦੇ ਕੇ ਸਾਨੂੰ ਹਨਾ ਕਹਿੰਦੇ ਸੀ ਆਉਣਾ ਗੁਰਨਵਾਜ ਨੂੰ ਮਿਲਣ ਵਾਸਤੇ ਛੋਣੇ ਕਾਕੇ ਨੂੰ ਮਿਲਣ ਵਾਸਤੇ ਆਉਣਾ ਤੇ ਪਰ ਆਏ ਨੀ ਗੁਰਨਵਾਜ ਦਾ ਬਰਥਡੇ ਆਉਣ ਵਾਲਾ ਹੈ ਕਿਉਂਕਿ ਗਰਮੀ ਦੇ ਵਿੱਚ ਗੁਰਨਵਾਜ ਹੋਇਆ ਸੀ ਇੰਨੇ ਹੋਏ ਨਾ ਛਾਲ ਦਾ ਜੁਲਾਈ ਚ ਹੋਏ ਨਾ ਹਨਾ ਇੱਕ ਮਹੀਨਾ ਰਹਿ ਗਿਆ ਗੁਰਨਵਾਜ ਦਾ ਬਰਥਡੇ ਆਉਣ ਇਹਦੇ ਪਾਪਾ ਦਾ ਬੜੀ ਗਰਮੀ ਚ ਆਉਂਦਾ ਗੁਰਨਵਾਜ ਦਾ ਬੜੀ ਵੈਸੇ ਓਦਾਂ ਕੋਈ ਮਤਲਬ ਵੀ ਬੰਦਾ ਵਧੀਆ ਤਰੀਕੇ ਨਾਲ ਮਨਾ ਸਕਦਾ ਪਰ ਇਹ ਵੀ ਗਰਮੀ ਕਰਕੇ ਬੜਾ ਔਖਾ ਹੋਣਾ ਸਾਰਿਆਂ ਨੂੰ ਏਸੀ ਚਾਹੀਦੇ ਹੁੰਦੇ ਗੁਰਨਵਾਜ ਨੇ ਬੜਾ ਉੱਚਾ ਆਈ ਮੇਰਾ ਬਹੁਤ ਕੁੱਤਾ ਮੇਰਾ ਪੋਚੇ ਛੋਣਾ ਜਾ ਕਿਤੇ ਹਾਂਜੀ ਪਹਿਲਾਂ ਅਸੀਂ ਘਰ ਦੇ ਕੰਮ ਕਰਕੇ ਸਾਡੇ ਇਹਦੇ ਹੁਣ ਰੇਡੀਓ ਸ਼ੂਟ ਕਰਨੀ ਸੁੱਟਾਂ ਲਈ ਅਤੇ ਉਹਦਾ ਕਰਕੇ ਮੈਂ ਥੋੜ੍ਹਾ ਜਿਹਾ ਤਿਆਰ ਹੋਣਾ ਪਿਆ ਅਤੇ ਦੁਪਹਿਰ ਬਹੁਤ ਆ ਗਰਮੀ ਬਹੁਤ ਹੋ ਚੁੱਕੀ ਆ ਅਤੇ ਗੁਰਨਵਾਜ ਨੂੰ ਹੁੰਦਾ ਕਿ ਮੈਨੂੰ ਬਾਹਰ ਲੈ ਕੇ ਚੱਲ ਜਾਂਦੇ ਪਰ ਗਰਮੀ ਕਿੱਥੇ ਲੈ ਕੇ ਚੱਲ ਜਾਈਏ ਇਹਨੂੰ ਅਤੇ ਅਸੀਂ ਆਪਣੇ ਘਰ ਗੁਆਂਢੀਆਂ ਘਰ ਗਏ ਆ ਇੱਥੋਂ ਨੇੜੇ ਤੋਂ ਉਹਨਾਂ ਘਰ ਚੱਲ ਜਾਈਏ ਤਾਂ ਉਹਨਾਂ ਦਾ ਮੁੰਡਾ ਸਾਡੇ ਘਰ ਆ ਜਾਂਦਾ ਗੁਰਨਵਾਜ ਮਤਲਬ ਗੁਰਬਨ ਨੂੰ ਆਖੂਗਾ ਵੀ ਉੱਧਰ ਲੈ ਕੇ ਚੱਲੋ ਤਾਂ ਅਸੀਂ ਦੋਵੇਂ ਨੇ ਇੱਦਾਂ ਕਰਦੇ ਹੁਣ ਉਹਨੂੰ ਵਿਚਾਰੇ ਨੂੰ ਅਸੀਂ ਕਿਹਾ ਵੀ ਅੰਬਾ ਥੱਲੇ ਲੈ ਕੇ ਜਾਂਦੇ ਪਰ ਥੋੜ੍ਹੀ ਛਾਂ ਹੋਣ ਦੇ ਦੁਪਹਿਰੇ ਤਾਂ ਕੋਈ ਨਿਕਲਦਾ ਨਹੀਂ ਨਾ ਬਾਹਰ ਤਾਂ ਥੋੜ੍ਹਾ ਔਖਾ ਹੋ ਜਾਂਦਾ ਅਤੇ ਕੱਲ੍ਹ ਤਾਂ ਆਪਾਂ ਸਾਰੇ ਜਣੇ ਫੈਮਿਲੀ ਇਕੱਠੇ ਹੋਏ ਹਨ ਤਾਂ ਕਰਕੇ ਆਪਾਂ ਮਤਲਬ ਸਾਰੇ ਜਣੇ ਬਹਿ ਜਾਂਦੇ ਹਾਂ ਉੱਦਾਂ ਇਕੱਲੇ ਬੰਦੇ ਲਈ ਬਹਿਣਾ ਬੜਾ ਔਖਾ ਹੁੰਦਾ ਹੁਣ ਅਸੀਂ ਇਹਨਾਂ ਦਾ ਗਏ ਤਾਂ ਉਹ ਸੁੱਤੇ ਸਾਰੇ ਜਣੇ ਫਿਰ ਚੱਬਰ ਕੇ ਵਿਚਾਰੇ ਹੱਥ ਸਵਾਰਦਾ ਮੈਂ ਮੈਂ ਨਵਾਨ ਹੋ ਕੇ ਨਾ ਫਿਰ ਕਰਦੇ ਇਹਨੂੰ ਘੁਮਾ ਫਰਾ ਕੇ ਲੈਂਦੇ ਉਹ ਚਿਰ ਅਸੀਂ ਵੀਡੀਓ ਸ਼ੂਟ ਕਰ ਲੈਂਦੇ ਹਾਂ ਆਪਣੀ ਮੰਮੀ ਵੇ ਕਿੱਡਾ ਪਿੰਕ ਸੂਟ ਪਾ ਪਿੰਕ ਚੜੀ ਲੈ ਹੈ ਮੰਮੀ ਗੁਰਨਵਾਜ ਆਪਣੀ ਦਾਦੀ ਨੂੰ ਰੁੱਸ ਜਾਂਦੇ ਨਾ ਮੰਮੀ ਮੰਮੀ ਨੇ ਕਿਹਾ ਮੇਰਾ ਦਿਲ ਹੌਲਾ ਪੈ ਗਿਆ ਹੈਨਾ ਨੋ ਚੰਗੀ ਚੁੱਪ ਕੀਤੀ ਰਹਿੰਦੀ ਹੈ ਨਾ ਲੜਦੀ ਆ ਮੰਮੀ ਨਿਆਣਿਆਂ ਨੂੰ ਰੁੱਸ ਜਾਂਦੀ ਮੰਮੀ ਆਂਦੇ ਮੇਰਾ ਦਿਲ ਹੌਲਾ ਪੈ ਗਿਆ ਹੈਨਾ ਮੰਮੀ ਗੁਰਨਵਾਜ ਆਇਆ ਆਇਆ ਮੈਂ ਚੱਲੀ ਤੇਰੇ ਨਾਨਕੇ ਗੁਰਨਵਾਜ ਸਿੰਘ ਉਹਨੂੰ ਅਜੇ ਪਤਾ ਨੀ ਨਾ ਮੈਂ ਤਾਂ ਨਾਨਕੇ ਚੱਲੀ ਆ ਦੋ ਮਿੰਟ ਬਾਅਦ ਨਾਨਕੇ ਨੀ ਚੱਲੀ ਮੈਂ ਅੱਗੋ ਭਾਵੀ ਫੜਾਏ ਨੇ ਕੱਪੜੇ ਚ ਮੈਂ ਅੱਜ ਜਾ ਕੇ ਪੜ ਲਿਆ ਨਹੀਂ ਤੇ ਇਹਨੂੰ ਗੁਰਨਵਾਜ ਨੂੰ ਪਤਾ ਨੀ ਮੈਂ ਦਾਲ ਆਉਂਦੀ ਜਦੋਂ ਮੈਂ ਚੁੰਨੀ ਨਾਲ ਇਹਨੂੰ ਪਤਾ ਲੱਗ ਜਾਂਦਾ ਵੀ ਚੱਲੀ ਗਏ ਹਨਾ ਮੰਮਾ ਚੱਲੇ ਆ ਤੇ ਗਰਮੀ ਬੜੀ ਹੋ ਗਈ ਤੇ ਬੋਲੇ ਚੀਜ਼ ਤੋਂ ਪਾਪਾ ਆਏ ਹੋਵੇ ਪਾਪਾ ਆਏ ਗੁਰਨਵਾਜ ਹੋਈ ਨੀ ਗੱਲ ਕਿੱਧਰ ਉਹ ਮੁੱਟੂ
ਮਿੱਠੂ ਸ਼ੋਨਾ ਕਾਕਾ ਕਿਤੇ ਉਹ ਤਾਂ ਮੈਨੂੰ ਆਉਂਦੇ ਆ ਬਾਅਦ ਚ ਹੁਣ ਗੁਰਮਾਇ ਕਹਿੰਦੇ ਬਾਅਦ ਚਲੋ ਅਸੀਂ ਬੜਾ ਕਾਬੂ ਕੀਤਾ ਗੰਮੀ ਬਈ ਬੱਚ ਸੋਹਣੇ ਬੜੀ ਗੰਮੀ ਖੇਡਣ ਲੱਗ ਜਾਂਦੇ ਖੜਦੇ ਉਹ ਪਾਪਾ ਪਾਪਾ ਜੀ ਪਾਪਾ ਨੂੰ ਮਿਸ ਕਰ ਦਿੰਦੇ ਤੁਸੀਂ ਪਾਪਾ ਜੀ ਚੁੱਕੀ ਹੋਈ ਗੁਰਨਵਾਜ ਨੂੰ ਦੂਜੀ ਗਏ ਦੂਜੀ ਤੇਰੀ ਚੀਜੀ ਲੈਣ ਗਏ ਨਾ ਪਾਪਾ ਫਿਰ ਮਿੱਠੋ ਜਾ ਹਾਂਜੀ ਹੁਣ ਅਸੀਂ ਸ਼ਾਮਾਂ ਪੈ ਗਈਆਂ ਜਿਹੜੇ ਬਾਹਰ ਵਾਲੇ ਪਾਰਸਲ ਹੁੰਦੇ ਉਹ ਇਸ ਟਾਈਮ ਤੇ ਜਾਂਦੀ ਮੈਂ ਕਿਉਂਕਿ ਗਰਮੀ ਬਹੁਤ ਆ ਬਾਹਰ ਤਾਂ ਸਾਰੇ ਸੂਟ ਅਸੀਂ ਬਾਹਰ ਜਿਹੜੇ ਭੇਜਣੇ ਉਹ ਵੀ ਉਧਰ ਜਿਹੜੇ ਦੂਸਰੇ ਇੰਗਲੈਂਡ ਵਾਲੇ ਦੀਦੀ ਪਾਏ ਤੇ ਜਿਹੜੇ ਅਸੀਂ ਆਪਣੇ ਇੰਗਲੈਂਡ ਵਾਲੇ ਦੀਦੀ ਪਾਏ ਤੇ ਕਨੇਡਾ ਸਾਰੇ ਪਾਰਸਲ ਲੈਣੇ ਅੱਜ ਸਾਰੇ ਤੇ ਅੱਜ ਮੈਂ ਉਹ ਪਹਿਲਾਂ ਪਾਰਸਲ ਕਰਕੇ ਫਿਰ ਆਪਾਂ ਕੱਲ ਸੂਟ ਲੈ ਲਈਏ ਆਹ ਕਾਫੀ ਸੂਟ ਜਿਹੜੇ ਬੜੇ ਸੋਹਣੇ ਬਣੇ ਆ ਤੇ ਆਪਾਂ ਅੱਜ ਕਸਟਮਰ ਦੇ ਸੂਟ ਵੀ ਉਹ ਚਾਵਾਂਗੇ ਫਿਰ ਜਾ ਕੇ ਤੁਹਾਨੂੰ ਸ਼ਹਿਰ ਮਿਲਣੇ ਆ ਜਾਣ ਕੇ ਨੀ ਕੱਢਦੇ ਫਿਰ ਰੱਖਦੀ ਨਾ ਹਾਂਜੀ ਕਾਲੀ ਬਾਬੇ ਗਏ ਨਾ ਫਿਰਾਉਣ ਲੈ ਕੇ ਆਏ ਨਾ ਪਾਥੋਂ ਹੁਣ ਗੱਡੀ ਆਰਡਰ ਕਰਤੀ ਆਪਾਂ ਮੰਗਾਵਾਂਗੇ ਅਗਲੇ ਮਹੀਨੇ ਕਹਿੰਦਾ ਦਸੰਬਰ ਸੋਮਵਾਰ ਆ ਸੋਮਵਾਰ ਮੇਰਾ ਬਰਥਡੇ ਆ ਤੇ ਗੱਡੀ ਸੋਮਵਾਰ ਮੇਰੇ ਕੋਲ ਆ ਜੇ ਅਸੀਂ ਕਿਹਾ ਜਾਂਦੇ ਤੇ ਗੱਡੀ ਲੈ ਕੇ ਦੋਗੇ ਤੇ ਉਹ ਆਪ ਬਣਾ ਜਾਂਦੇ ਜੇ ਮੁੱਝ ਬਣਾ ਕੇ ਚੱਲ ਗਰੀਬ ਬਿੱਟੇ ਚੱਲ ਅਜੀ ਕਿਉਂ ਫ੍ਰੀ ਹੋ ਗਏ ਠੀਕ ਆਉਣੀ ਆਉਣੀ ਚੱਲ ਸ਼ਾਮਾ ਦੀ ਰੋਟੀ ਗਾੜੀ ਹੁਣ ਚਾਹ ਪੀਣ ਲੱਗੇ ਪਤਾ ਕਿਉਂ ਜੀ ਕਰਦੇ ਆ ਮੈਂ ਘੁੱਟ ਚਾਹ ਬਣਾ ਕੇ ਪੀ ਕੇ ਫਿਰ ਆਪਾਂ ਨਾਲ ਲੈ ਚੱਲ ਫਿਰ ਬਾਹਰ ਪੈਂਦੇ ਆ ਘੁੰਮਦੇ ਫਿਰਦੇ ਆ ਜਿੱਥੇ ਅਸੀਂ ਬਾਹਰੋਂ ਇਕੜੀਆਂ ਮਤਲਬ ਹੋਣੇ ਸਿਦਕ ਨੀ ਹੁੰਦਾ ਫਿਰ ਉਸ ਤੋਂ ਬਾਅਦ ਨੀ ਜਾਣੇ ਕਈ ਵਾਰ ਗੁਰਬਣ ਵਿੱਚ ਸਾਰਾ ਲਿਬੜਿਆ ਤਾਂ ਕਿੰਨਾ ਖੁਸ਼ ਹੁੰਦਾ ਗੁਰਰਾਮਾ ਤੇਰੀ ਟੋਰ ਕੀ ਅੱਖਾਂ ਦੀ ਭਲਾ ਨਹੀਂ ਐਨਕਾਂ ਲਾ ਕੇ ਤੂੰ ਹਾਂ ਮਿੱਟੀ ਦੀਆਂ ਕੰਮ ਕਰ ਤੇਰੀ ਮੰਮੀ ਕਿੱਥੇ ਗਈ ਆ ਅੱਛਾ ਤੂੰ ਨੀ ਗਿਆ ਚੱਲ ਗੁਰਮਾ ਬਹਿ ਮੇਰੀ ਬਸੀ ਦਾਦੀ ਚ ਨੀ ਚੇਂਜ ਕਰ ਲਈ ਕਰ ਲਈ ਮੈਂ ਤੇ ਨਹੀਂ ਆ ਚੰਗੀ ਆ ਜਿਹੜੀ ਚੰਗੀ ਇਹ ਫਿੱਕਾ ਰੰਗ ਮਾਸੀ ਹੋਣਾ ਡਾਰਕ ਨੀ ਹੁੰਦਾ ਗ੍ਰੇ ਕਰਾਉਣਾ ਫਿਰ ਤੇ ਹੋ ਜਾਣਾ ਗ੍ਰੇ ਕਰਾਉਣਾ ਡਾਰਕ ਕੀ ਕਰਾਉਣਾ ਬੜੇ ਬਾਰੇ ਮੈਂ ਨਹੀਂ ਮੈਂ ਕਹਿਣ ਦਾ ਮਤਲਬ ਜੇ ਸੂਟ ਨਾਲ ਆ ਲਾ ਲਓ ਲੈਸ ਜੀ ਆ ਲਾਉਣ ਲੱਗੀ ਹੈ ਨਾ ਲੈਸ ਲਾ ਕੇ ਤੇ ਮੈਂ ਸੂਟ ਤੇ ਮੈਂ ਘਰ ਪਾ ਲਿਆ ਦੇ ਨਾਲ ਤੈਨੂੰ ਅੱਛਾ ਮੈਂ ਘਰ ਦੂਜੀਆਂ ਚੁੜੀਆਂ ਲਈ ਦੀ ਆ ਹਾਂ ਆ ਉਹਦੀ ਲਈ ਮਸ ਮਸਾ ਬਣੀ ਆਉਂਦੀ ਹੈ ਨਾ ਹਵਾ ਨਹੀਂ ਮੈਂ ਮਸਾ ਵੀ ਕਿਤੇ ਹਵਾ ਬੰਦੇ ਆ ਪਾਲ ਕੇ ਲੱਤੀਆਂ ਜੀ ਮੇਰੀਆਂ ਚੁੜੀਆਂ ਹਾਰ ਕੇ ਮੈਂ ਆ ਲਈ ਜੀ ਫੜ ਲਈ ਉੱਥੋਂ ਮਸੀ ਚੁੰਨੀ ਹਾਂ ਮੈਂ ਆ ਲਈ ਮੈਂ ਲੈਣੀ ਨਹੀਂ ਉਹਦੇ ਚੰਗਾ ਸਗੋਂ ਗੁਰਬਣ ਦੋਵਾਂ ਭਵਨ ਬਣਾਇਆ
ਹਾਂਜੀ ਹੁਣ ਆਪਾਂ ਚੱਲੇ ਦਾਦੀ ਜੀ ਨੂੰ ਮਿਲਣ, ਕਾਫੀ ਦਿਨਾਂ ਬਾਅਦ ਆਪਾਂ ਪੇਕਿਆਂ ਘੁੰਮਦੇ ਆਏ ਤੇ ਉਹਨਾਂ ਨੂੰ ਸਿਆਣੇ ਬੰਦੇ ਨੇ ਇਹ ਹੁੰਦਾ ਕਿ ਜਿੱਦਾਂ ਮੰਨ ਲਓ ਮੈਂ ਮਿਲਾ ਹੀ ਜਾਂ ਮੰਮੀ ਜਾਂ ਕਿੱਦਾਂ ਮਿਲਾ ਇਹ ਨਾ ਸਾਰੇ ਜਣੇ, ਫਿਰ ਉਹਨਾਂ ਕਹਿਣਾ ਜਿਤਿੰਦਰ ਨਹੀਂ ਮੈਨੂੰ ਮਿਲਿਆ, ਬੜੇ ਦਿਨ ਹੋ ਗਏ ਆ ਤੇ ਵੀਰ ਵੱਡਾ ਨਹੀਂ ਮਿਲਿਆ, ਤੇ ਸਿਆਣੇ ਬੰਦਾ ਧਿਆਨ ਦਾ ਆਪਣੇ ਪਰਿਵਾਰ ਚ ਜਾਂਦਾ ਤੇ ਆਪਾਂ ਦਾਦੀ ਆਪਣੀ ਮਿਲ ਕੇ ਫਿਰ ਉਹਨਾਂ ਨੂੰ ਗੁਰੂ ਨਾਨਕ ਨੂੰ ਲਾ ਕੇ ਲਿਆਉਂਦੇ, ਬੜੇ ਖੁਸ਼ ਹੁੰਦੇ ਹੁੰਦੇ ਮਿਲ ਕੇ, ਫਿਰ ਵੇਖਦੇ ਬੜਾ ਕੀ ਜਾਂਦਾ। ਤੁਸੀਂ ਤੇ ਜਾ ਕੇ ਜੀ ਲਾ ਲੈਂਦੇ ਆਪਣਾ, ਨਹੀਂ ਨੌਵਾਂ ਨੇ ਤੇ ਗਾਂ ਜਾਣਾ ਜਾਣਾ, ਸਾਡੀ ਮਾਤਾ ਨੀ ਹਟਦੀ, ਸਹੀ ਗੱਲ ਹੈ ਨਾ, ਨੌਵਾਂ ਗਾਂ ਜਾਂਦੀਆਂ, ਨੌਵਾਂ ਨੀ ਜਾਂਦੀਆਂ, ਸਹੀ ਗੱਲ, ਆਹੋ ਆਪਣਾ ਘਰ ਕੰਮ ਆਉਣਾ ਮਾਸੀ, ਬੀਬੀ ਹੁਣ ਸਾਡੇ ਫ੍ਰੀ ਹੋ ਗਏ ਤਾਂ ਚੱਲ ਜਾਂਦੇ ਨਾ, ਸਾਰੀ ਉਮਰ ਇੱਥੇ ਕੱਟੀ ਮੈਂ, ਕਿਹੜੀ ਉੱਥੇ ਰਹੀ ਆ, ਇੱਥੇ ਧੀਆਂ ਪੁੱਤ ਨਹੀਂ, ਨਾਲੇ ਹੁਣ ਤੁਸੀਂ ਫ੍ਰੀ ਹੋ ਨਾ, ਤੁਸੀਂ ਜਾ ਸਕਦੇ ਜੇ, ਹੁਣ ਤਾਂ ਫ੍ਰੀ ਆ, ਹਾਂ ਤੇ ਇਸ ਕਰਕੇ ਫਿਰ ਆਖੀ ਦਾ ਚਲੋ ਪੇਪਰ ਆਈਏ ਦੇਣ, ਮੈਂ ਕਿਹਾ ਬੀਬੀ ਨੂੰ ਮਾਂ ਲਾ ਕੇ ਦੇਣਾ, ਬੀਬੀ ਨੇ ਕਹਿਣਾ ਕਿੰਨੇ ਦਿਨ ਹੋ ਗਏ ਦੀਪ ਨੀ ਆਈ, ਦੂਜੀ ਦੀ ਕਰਦਾ ਧੀਆਂ ਪੁੱਤਾਂ ਨੂੰ ਛੱਡ ਕੇ ਜੀ ਨੀ ਕਰਨਾ ਜਾ, ਮੇਰੀ ਛੇਤੀ ਛੱਡਦਾ ਹੋਵੇ, ਗੁਰਨਵਾਲ ਦਾਦੀ ਤੇ ਮੈਂ ਮੱਥਾ ਟੇਕਣ ਵਾਸਤੇ ਆਏ ਹਨਾ, ਗੁਰਨਵਾਲ ਬਾਬੇ ਘਰੇ ਆ, ਮੈਂ ਕਿਹਾ ਮੈਨੂੰ ਲੈ ਕੇ ਨੀ ਗਏ ਸਵੇਰੇ, ਦਾਦੀ ਦਾਦੂ ਨਾਲ ਜਾਂਦੇ ਆ ਘੁੰਮਣ ਆਏ ਹਨਾ, ਮਾਮਾ ਕਿੱਥੇ ਆ, ਬਾਹਰ ਕੀ ਕਰਦੀ ਆ, ਤਾਂ ਵੇਖੀ ਬੜੇ ਚੇਤੀਆਂ ਗਈਆਂ, ਇਹ ਕੀ ਕਰਦੀ ਆ ਬਾਹਰ, ਇਹਨਾਂ ਨੂੰ ਕੋਈ ਕੰਮ ਨੀ, ਅੱਧੀ ਰਾਤ ਬਾਹਰ ਖਲੋ ਜਾਂਦੀਆਂ ਇੱਧਰ ਵੇ, ਨਹੀਂ ਤੁਹਾਨੂੰ ਅੱਧੀ ਰਾਤ ਟਕਾਉਣ, ਤੁਸੀਂ ਦੋਵੇਂ ਬਾਹਰ ਖੰਭੇ ਨਾਲ ਖਲੋ ਜਾਂਦੀਆਂ, ਬੱਤੀ ਵਾਲੇ ਖੰਭੇ ਨੂੰ ਫੜ ਕੇ ਬੈਠੀਆਂ, ਇਹਦੇ ਨਾਲ ਬਲਬ ਤੇ ਲੱਗਾ ਹੀ ਉੱਥੇ, ਹੈ ਇੱਥੇ ਕੈਮਰਾ ਨੀ ਹੈਗਾ, ਸਾਡੀ ਬੱਸ ਚ ਕੈਮਰਾ ਹੈਗਾ ਜੋ ਲੱਗਾ ਜੀ, ਲੱਗਣਾ ਕੈਮਰਾ, ਲੱਥ ਗਿਆ ਵਾ ਮੇਰੇ, ਲੱਗੇ ਸੀ ਨਾ ਦੋਵੇਂ, ਦੋਵੇਂ ਲੱਥ ਗਏ, ਓਹੋ ਮੈਨੂੰ ਮੰਮੀ ਨੂੰ ਲੈ ਆਉਣੀ ਉਹਨੂੰ ਜਾ ਚੱਲ, ਨਹੀਂ ਨਹੀਂ ਇੱਥੇ ਘਰੇ ਤੰਦੂਰ ਬਣਾ ਗਏ, ਆਹੋ ਘਰੇ ਤੰਦੂਰ ਰੱਖਣੇ, ਮੀਰਾ ਕੋਲ ਜਾ ਵੜੀਏ, ਜਾ ਜਿਹੜੀ ਸਵੇਰੇ ਪਹਿਲਾਂ ਤੰਦੂਰ ਵਾਲੀਆਂ ਖਾਵਾਂ, ਚਾਹ ਦਰਸਾਹ ਚਲ ਗਈ ਤੇ ਮੈਂ ਬਾਅਦ ਚ ਆਇਆ ਤੇ ਮੈਂ ਤਾਂ ਸਵੇਰੇ ਮਿਲ ਗਿਆ, ਬੀਬੀ ਆਹੀ ਕਿੰਨੇ ਦਿਨਾਂ ਬਾਅਦ, ਆਹੋ ਆਪਣੇ ਪੇਕੇ, ਅਜੇ ਬੀਬੀ ਬੁੜੀ ਹੋ ਗਈ ਪਹਿਲਾਂ, ਫਿਰ ਵੀ ਪੇਕੇ ਕਿੰਨੇ ਦਿਨ ਲਾਈ, ਉਹ ਹੁੰਦਾ ਨਾ ਪਿਆਰ ਜਿਹਾ, ਜਿੱਦਾਂ ਮੰਮੀ
ਹੁਣ ਤੁਸੀਂ ਬਹਿ ਜਾਓ ਇਹਨਾਂ ਜਾਣਾ ਮੈਂ ਜਾਇਆ ਕਰੂੰ। ਕਹਿੰਦੇ ਹਾਏ ਤੇ ਮੇਰੀ ਸੱਸ ਨੀ ਬਹਿੰਦੀ ਮੈਂ ਕਿੱਥੇ ਬਹਾਂ। ਸਹੀ ਗੱਲ ਏ, ਸਹੀ ਗੱਲ ਏ। ਕਹਿੰਦੇ ਮੇਰੀ ਸੱਸ ਘੁੰਮਦੀ ਫਿਰਦੀ ਮੈਂ ਵੀ ਘੁੰਮਣਾ ਲੈ। ਸਹੀ ਗੱਲ ਏ। ਚੱਲ ਇਹ ਜ਼ਿੰਦਗੀ ਦੇ ਨਜ਼ਾਰੇ ਲੈਣ ਆਏ ਬਾਬਾ ਥੋੜੀ ਨਾ ਹੁਣ ਬਾਰ ਬਾਰ ਥੋੜੀ ਘੁੰਮੋ ਫਿਰੋ ਖਾਓ ਪੀਓ ਐਸ਼ ਕਰੋ ਨਜ਼ਾਰੇ ਲਓ ਬਸ। ਬੜੀ ਗੱਲ ਕਮਲ ਗੋਲਗੱਪੇ ਕਹਿੰਦੇ ਕਮਲ ਦੀ ਆ ਫੋਨ ਦਾ ਕੰਮ ਕਹਿੰਦੇ ਜੀ ਮੈਂ ਗੋਲਗੱਪੇ ਦੀ ਉਹ ਵੀ ਵੇਖੀ ਹੋ ਆ ਬੇਲਪੁਰ ਦੀ ਰੈਸਪੀ ਦੇਣੀ ਕਿਸੇ ਦਿਨ ਉਹ ਬਣਾਵਾਂਗੇ ਆਤਵਾਰ ਬਣਾਵਾਂਗੇ ਹਾਂ ਹਾਂ ਤੇ ਇੱਕ ਨੂੰ ਗੋਲਗੱਪੇ ਖਾਵਾਂਗੇ ਮੈਂ ਉਹ ਆਏ ਦੀਪ ਦੀਦੀ ਹੁਣੀ ਤੇ ਆ ਫੇਰੀ ਬਣਾਵਾਂਗੇ ਅਸੀਂ ਅਸੀਂ ਪੂੜੀਆਂ ਬਣਾਉਣੀਆਂ ਕਿ ਦੀਦੀ ਦੀ ਆਊ ਫਿਰ ਬਣਾਵਾਂਗੇ ਅਸੀਂ ਬੇਲ ਪੂੜੀ ਖਾਣੀ ਕਿ ਦੀਪ ਦੀਦੀ ਆਊ ਹਾਂ ਅਸੀਂ ਸਾਰੇ ਪੁੱਛਣ ਦੀਦੀ ਨੇ ਆਉਣਾ ਕਦੋਂ ਜੀ ਮੈਂ ਆਓ ਕਿ ਉਧਰ ਅਸੀਂ ਬੂਹੇ ਬੰਦ ਕਰਕੇ ਚਲੇ ਜਾਣਾ ਇੰਨੇ ਤਰਲੇ ਲੈ ਇੰਨੇ ਤਰਲੇ ਤੁਹਾਡੇ ਤਾਂ ਗਰਮੀ ਹੁਣ ਬੰਦਾ ਬੱਚਾ ਅਸੀਂ ਦੇ ਅਸੀਂ ਦੀਦੀ ਉਹ ਸ਼ਿਮਲੇ ਸ਼ਿਮਲੇ ਘਰ ਨੂੰ ਲੈ ਕੇ ਆ ਉਹ ਠੰਡੇ ਇਲਾਕੇ 'ਚ ਰਹਿੰਦੇ ਨੇ ਅਸੀਂ ਥੋੜੇ ਗਰਮ ਇਲਾਕੇ 'ਚ ਰਹਿੰਦੇ ਹਾਂ ਗਰਮੀ ਕਰਕੇ ਉਹਨੂੰ ਕਿਸੇ ਜੀ ਨਹੀਂ ਕਰਨ ਡਿਆ ਗਰਮੀ ਬੜੀ ਆ ਇਹ ਵੀ ਜਿਦਾਂ ਮੀਂਹ ਮੂੰਹ ਪੈ ਜਾਣਾ ਥੋੜਾ ਠੰਡਾ ਜੇ ਫੇਰ ਆਉਣਗੇ ਦੋ ਦਿਨ ਸਬਜ਼ੀ ਬਣਾ ਲਈ ਅੱਜ ਅੱਜ ਵੀ ਦੋ ਸਬਜ਼ੀਆਂ ਬਣਾਈਆਂ ਤੇ ਉਹ ਕੁੜੀਆਂ ਦੀ ਤਾਂ ਪੇਕੇ ਨਹੀਂ ਮੈਂ ਨਹੀਂ ਬਹੁਤ ਗਰਮੀ ਕਰਕੇ ਆਉਣ ਮੈਂ ਤਾਂ ਨਣਾ ਨੀ ਮੈਂ ਬਹੁਤ ਵੀ ਨਹੀਂ ਆਉਂਦੀ ਗਰਮੀ ਕਰਕੇ ਨਹੀਂ ਆਉਂਦੀ ਸਹੀ ਗੱਲ ਆਪਣਾ ਨੂੰ ਜਾਣ ਜੀ ਕਰਦੇ ਆ ਮੇਰੀ ਭੈਣ ਨੇ ਮਦਨ ਜਾਣਾ ਮੇਰੀ ਜਦੋਂ ਭੈਣ ਆਊਗੀ ਮੈਨੂੰ ਪਤਾ ਨੀ ਕਦੋਂ ਆਉਣਾ ਮੇਰੀ ਭੈਣ ਨੇ ਫਿਰ ਜਾਊਂਗੀ ਮੇਰੀ ਭੈਣ ਨੇ ਮੈਨੂੰ ਪਹਿਲਾਂ ਲਾਵਾ ਜਦੋਂ ਮੈਂ ਆਊਂਗੀ ਉਦੋਂ ਤੂੰ ਆਈ।